राजोआना के वर्तमान सरपंच ने कहा कि पूर्व सरपंच उन पर झूठे आरोप लगा रहा है। पत्रकार ने राजोआना गांव का दौरा किया और उपस्थित सरपंच, पंच और ग्रामीणों के साथ बातचीत की और ग्रामीणों ने कहा कि वर्तमान सरपंच बहुत मेहनती और इसने गांव में बहुत विकास किया। जिला लुधियाना पंजाब से अर्जुन सहिजपाल की विशेष रिपोर्ट, समाचार इंडिया न्यूज पंजाब। सोलर लाए जी इन्होंने, बाकी स्कूल दे विच बहुत कम वधिया कीता। उन्हां नालियां पक्कियां वा, बिन्नियां पक्कियां करी जांदे ने, इंटरलॉक लाई जांदे, बड़ा वधिया। असीं इन्हां नाल सहमत आ, पूरे खुश आ, पूरे कोई भी दुखी नहीं है। ओए हो सकदा वी कोई औत अपोजिट पार्टियां आउंदियां ने, जिहड़े इह साबका सरपंच इह तों आपदी हार नहीं बर्दाश्त हो रही, बस गल ते इन्नी आ। होर कोई जो इन्हां ने ਸਾਬਕਾ ਮੈਂਬਰ ਨੇ ਜੋ ਉਹਨਾਂ ਨਾਲ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਸਮਾਚਾਰ ਇੰਡੀਆ ਨਿਊਜ਼ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜੋ ਪਿੰਡ ਦੇ ਸਾਬਕਾ ਸਰਪੰਚ ਹਨ ਜੀ, ਉਹਨਾਂ ਨੇ ਆਪਣੇ ਟਾਈਮ ਵਿੱਚ, ਆਪਣੀ ਸਰਪੰਚੀ ਵਿੱਚ ਪਿੰਡ ਵਿੱਚ ਕੀ ਕੀ ਵਿਕਾਸ ਲਿਆਂਦੇ ਹਨ? ਵਿਕਾਸ ਉਹਨੇ ਕੀ ਕਰਨਾ ਜੀ, ਖਾਧਾ ਹੀ ਆ ਸਾਰਾ ਕੁਛ। ਸਾਨੂੰ ਦੱਸਦੀ ਨੇ ਉਹਦਾ ਕੀ ਕਰਿਆ ਹੋਇਆ, ਸਾਡੀ ਤਾਂ ਗੜੀ ਨਾਲੀ ਵੀ ਨਹੀਂ ਪੱਕੀ ਕੀਤੀ, ਆਪ ਤਿੰਨ ਗੜੀ ਬਿਜਲੀ ਬਣਵਾ ਲਈ ਆਪਦੀ ਉਹਦੇ। ਅੱਛਾ, ਜੋ ਪਹਿਲਾਂ ਇੱਟਾਂ ਲਵਾਈਆਂ, ਫਿਰ ਲੁੱਕ ਪਵਾਈ, ਹੁਣ ਉਹਦੇ ਇੰਟਰਲੋਕ ਲਿਆ, ਸਾਡੇ ਇੰਟਰਲੋਕ ਹੋਣ ਲੱਗ ਗਏ, ਤੁਹਾਡੇ ਦੁਖੀ ਹੋਣ ਲੱਗ ਗਏ, ਗੱਲ ਤਾਂ ਇੰਨੀ ਆ। ਉਹ ਗੱਲ ਕੋਈ ਜੋ ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਮੇਰੀਆਂ ਜੋ ਪੁਰਾਣੀਆਂ ਗਲੀਆਂ ਮੈਂ ਬਣਵਾਈਆਂ ਸਨ, ਹਾਂਜੀ, ਉਹਨਾਂ ਨੂੰ ਪਟਾ ਕੇ ਪਿੰਡ ਵਿੱਚ ਇੰਟਰਲੋਕ ਲਗਵਾਈ ਜਾ ਰਹੀ ਹੈ ਬਿਨਾਂ ਮਨਜ਼ੂਰੀ ਤੋਂ, ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮਨਜ਼ੂਰੀ ਲਈ ਬਿਨਾਂ ਕਿਵੇਂ? ਉਹ ਤਾਂ ਅਮਰ ਸਿੰਘ ਦੇ ਨਾਲ ਮੈਂ ਉੱਥੇ ਖੁਦ ਸੀਗਾ ਜਦੋਂ ਅਮਰ ਸਿੰਘ ਨੇ ਕਿਹਾ, ਕਹਿੰਦਾ ਕਿ ਪਟ ਪਟ ਕੇ ਸਾਰੀਆਂ ਜਿੰਨੀਆਂ ਖਰਾਬ ਨੇ ਬੀਹਾਂ ਬਣਾਓ, ਉਹਨੇ ਬਣਾਉਣ ਲੱਗਾ ਤੇ ਦੁੱਖ ਹੋ ਗਿਆ, ਗੱਲ ਤਾਂ ਇੰਨੀ ਆ। ਤੇ ਹੁਣ ਜਿਹੜੇ ਆਹ ਟਾਈਮ ਦੌਰ ਚੱਲ ਰਿਹਾ, ਹਾਂਜੀ, ਇੱਥੋਂ ਦੇ ਜੋ ਮੌਜੂਦਾ ਸਰਪੰਚ ਹਨ, ਹਾਂਜੀ, ਗਲੀਆਂ ਨਾਲੀਆਂ ਬਾਰੇ ਕੋਈ ਵੀ ਮਨਜ਼ੂਰੀ ਨਹੀਂ ਲਈ, ਉਹ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਨੇ ਇਹਨਾਂ ਬਾਰੇ ਕੀ ਵਿਚਾਰ ਹਨ, ਵੀ ਕੀ ਮਨਜ਼ੂਰੀ ਲਈ ਹੈ ਜਾਂ ਨਹੀਂ ਲਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਆ ਸਮਾਚਾਰ ਨਿਊਜ਼ ਦੇ, ਜਿਨ੍ਹਾਂ ਨੇ ਆ ਕੇ ਪਿੰਡ ਦੇ ਵਿੱਚ ਸਾਡੇ ਵਿਚਾਰ ਸੁਣੇ ਨੇ, ਸਾਡੇ ਨਾਲ ਜੋ ਇਲਜ਼ਾਮ ਲੱਗੇ ਨੇ ਉਹਨਾਂ ਬਾਰੇ ਜੋ ਅਸਲੀਅਤ ਜਾਣਨੀ ਅਸੀਂ ਦੱਸਣੀ ਚਾਹੁੰਦੇ ਹਾਂ ਲੋਕਾਂ ਨੂੰ। ਸਾਡੀ ਗਲੀ ਜੋ ਬੇਰਕਾ ਗਲੀ ਜਾਂ ਚਾਹਲਾਂ ਦੀ ਗਲੀ ਵੱਜਦੀ ਆ, ਉਹ ਤਕਰੀਬਨ 80-85 ਦੇ ਦਰਮਿਆਨ ਬਣੀ ਵੀ ਆ। ਇਸ ਸਮੇਂ ਦੇ ਵਿੱਚ 10 ਸਾਲ ਸਰਪੰਚ ਨਿਰਭੈ ਸਿੰਘ ਰਹਿ ਗਿਆ, ਇਹਦਾ ਬਹੁਤ ਇਹਦੀਆਂ ਮਿੰਟਾਂ ਤਰਲੇ ਕਰਿਆ ਸੀ ਵੀ ਬਹੁਤ ਨਰਕ ਬਣੀ ਸੀ ਉਹ ਗਲੀ, ਬਿਲਕੁਲ ਇਹਨਾਂ ਨੇ ਧਿਆਨ ਨਹੀਂ ਦਿੱਤਾ ਉਸ ਵੱਲ, ਪਤਾ ਨਹੀਂ ਕੀ ਇਹਨਾਂ ਨੂੰ ਰੰਜਿਸ਼ ਸੀਗੀ, ਕਿਉਂਕਿ ਸਰਪੰਚ ਅਵਤਾਰ ਸਿੰਘ ਨੇ ਬਣਾਈ ਆ ਸੀ, ਇਹਨਾਂ ਦਾ ਬਹੁਤ ਧੰਨਵਾਦ ਦੀ ਹਾਂ, ਜੋ ਬਹੁਤ ਹੀ ਨਰਕ, ਸਾਰੇ ਪਿੰਡ ਤੋਂ ਵੱਧ ਨਰਕ ਸਾਡੀ ਗਲੀ 'ਚ ਸੀਗਾ। ਇਹ ਇਹਨਾਂ ਨੇ ਬਣ ਸਾਰ ਇਹਨਾਂ ਨੇ ਸਾਨੂੰ ਦਿੱਤੇ ਆਪਣੇ ਵਿਚਾਰ ਦੱਸੇ ਵੀ ਅਸੀਂ ਇਹਦਾ ਦੋ ਜ਼ਰੂਰ ਪਹਿਲ ਦੇ ਆਧਾਰ 'ਤੇ ਕਰਾਂਗੇ। ਇਹਨਾਂ ਨੇ ਉਹ ਗਲੀ ਬਣਾਈ, ਸਾਰੀ ਹੀ ਗਲੀ ਦੇ ਜਿੰਨੇ ਵੀ ਉਹਦੇ ਵਾਸੀ ਨੇ ਬੜੇ ਖੁਸ਼ ਨੇ, ਬਹੁਤ ਵਧੀਆ ਕੰਮ ਹੋਇਆ, ਅਤੇ ਇਹਨਾਂ ਨੇ ਮਨਜ਼ੂਰੀ ਲੈ ਕੇ ਕਰਾਇਆ ਸਾਨੂੰ, ਸਾਡੇ ਕੋਲ ਸਬੂਤ ਨੇ, ਅਤੇ ਮਨਜ਼ੂਰੀ ਤੋਂ ਬਿਨਾਂ ਕੋਈ ਕੰਮ ਹੋ ਵੀ ਨਹੀਂ ਸਕਦਾ ਪਿੰਡ ਦੇ ਵਿੱਚ। ਜਿੰਨੇ ਵੀ ਕੰਮ ਕਰਾਏ ਨੇ ਇਹਨਾਂ ਦੇ, ਪਿੰਡ ਦੇ ਵਾਸੀ ਬੜੇ ਖੁਸ਼ ਨੇ, ਬਹੁਤ ਖੁਸ਼ ਨੇ, ਕੋਈ ਨਜਾਇਜ਼ ਇਹੋ ਜਿਹਾ ਕੰਮ ਨਹੀਂ ਕਰਿਆ ਜੋ ਗੈਰ ਕਾਨੂੰਨੀ ਹੋਵੇ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਜ਼ੂਰੀ ਪੱਤਰ ਵੀਡੀਓ ਤੋਂ ਨਹੀਂ ਲਿਆ, ਮਨਜ਼ੂਰੀ ਨਹੀਂ ਲਈ, ਉਹ ਇਸੇ ਕਰਕੇ ਪੱਤਰ ਦਿੱਤਾ ਸਾਨੂੰ, ਇਸ ਕਰਕੇ ਸਾਨੂੰ ਮਨਜ਼ੂਰੀ ਲਈ ਹੋਈ ਆ। ਇਲਜ਼ਾਮ ਲਾਇਆ ਬਿਲਕੁਲ ਸਰਾਸਰ ਝੂਠ ਆ, ਕਹਿਣਾ ਮੈਂ ਸਾਡੇ ਕੋਲ ਲੈਟਰ ਹੈਗਾ ਉਹਦਾ, ਵੀਡੀਓ ਸਾਹਿਬ ਦਾ ਸਾਇਨ ਪ੍ਰੋਪਰ ਉਹਦੇ ਕੋਲ। ਉਹਨਾਂ ਨੇ ਕੀ ਪ੍ਰੂਫ ਦਿੱਤਾ ਵੀ ਜੋ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ, ਉਹਨਾਂ ਕੋਲ ਕੋਈ ਸਬੂਤ ਹੈ ਇਹਦਾ? ਉਹਨਾਂ ਕੋਲ ਸਾਨੂੰ ਕੋਈ ਪਤਾ ਨਹੀਂ, ਸਬੂਤ ਉਹਦੇ ਕੋਲ ਹੋਣਾ ਹੀ ਨਹੀਂ ਕੋਈ। ਤੇ ਇੱਕ ਜੋ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਇਆ ਹੈ ਕਿ ਮੈਨੂੰ 20 ਲੱਖ ਆਇਆ ਸੀ, ਮੈਂ ਬਹੁਤ ਕੰਮ ਕਰਾਇਆ, ਤੇ ਤੁਹਾਨੂੰ 30 ਲੱਖ ਆਇਆ ਹੈ, ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਦੇ ਬਾਰੇ ਤੁਸੀਂ ਪਿੰਡ ਵਿੱਚ ਕੀ ਕੀ ਵਿਕਾਸ ਕਰਵਾਇਆ? 30 ਲੱਖ ਦੇ ਰੁਪਏ ਚੋਂ ਅਸੀਂ ਪਹਿਲਾਂ ਲਾਈਟਾਂ ਲਵਾਈਆਂ ਜੀ, ਉਹ ਤੋਂ ਬਾਅਦ ਗਲੀਆਂ ਦਾ ਪੱਕਾ ਇੰਟਰਲੋਕ ਲਵਾ ਰਹੇ ਹਾਂ, ਜਿੰਮ ਲਵਾਇਆ ਵਾ, ਗਰਾਊਂਡ ਤੇ ਆਲੇ ਦੁਆਲੇ ਕਹਿਣ ਦਾ ਮਤਲਬ ਘੁੰਮਣ ਨੂੰ ਬੁੜਿਆਂ ਨੇ ਬੁੜੇ ਠੇਰਾਂ ਨੇ ਲਵਾਇਆ, ਠੀਕ ਹੈ ਨੀ। ਉਹ ਤੋਂ ਬਾਅਦ ਕਹਿਣਾ ਵਾ ਜਿਹੜਾ ਆਊਗਾ ਪੈਸਾ ਉਹ ਅਸੀਂ ਪਿੰਡ ਦੇ ਵਿਕਾਸ ਤੇ ਲਾਵਾਂਗੇ। ਆ ਜਾਓ ਜੀ, ਹੁਣ ਅਸੀਂ ਪਿੰਡ ਦੇ ਮੌਜੂਦਾ ਮੈਂਬਰ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਤੁਹਾਡੇ ਕੀ ਵਿਚਾਰ ਹਨ? ਹਾਂਜੀ, ਮਤਲਬ ਸਮਾਚਾਰ ਨਿਊਜ਼ ਦਾ ਪਿੰਡ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਬਾਕੀ ਜਿਹੜੇ ਸਾਬਕਾ ਸਰਪੰਚ ਸਾਹਿਬ ਕਹਿ ਰਹੇ ਨੇ ਵੀ ਇਹ ਪਿੰਡ ਦਾ ਵਿਕਾਸ ਨਹੀਂ ਹੋਇਆ,
ਹੁਣ ਲਗਭਗ ਇੱਕ ਸਾਡੇ ਪਿੰਡ ਦੇ ਵਿੱਚ ਬੇਰਕਾ ਗਲੀ ਆ ਉਹ ਬਹਿਜ ਚਾਰਾਂ ਦੀ ਗਲੀ ਵੱਜਦੀ ਆ ਲਗਭਗ ਉਹ 35 ਤੋਂ 40 ਸਾਲ ਤੋਂ ਪਹਿਲਾਂ ਬਣੀ ਹੋਈ ਸੀ ਜਦੋਂ ਮਾੜਾ ਜਿਹਾ ਮੀਂਹ ਪੈਂਦਾ ਲਗਭਗ ਵੀ ਲਾ ਲੋ ਮੀਂਹ ਪਿੰਡ ਕੋਲ ਕੋਈ ਇਲਜ਼ਾਮ ਨਹੀਂ ਹੈ ਸਰਪੰਚ ਤੇ ਸੱਚਾ ਸੁੱਚਾ ਬੰਦਾ ਪੈਨਸ਼ਨ ਫੋਨ ਚੋਂ ਆਇਆ ਸੱਚੀ ਕੰਮ ਕਰਦਾ ਕਿਸੇ ਦੇ ਮਗਰ ਨਹੀਂ ਲੱਗਦਾ ਤੇ ਜਿੱਥੇ ਮਰਜ਼ੀ ਗਵਾਹੀ ਦੇ ਲੋ ਸੱਚਾ ਸੁੱਚਾ ਬੰਦਾ ਹੈ ਤੇ ਜੋ ਤੁਹਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਇਹਨਾਂ ਨੇ ਇਹਨਾਂ ਦਾ ਕੀ ਵਿਕਾਸ ਕਰਵਾਇਆ ਹੈ ਇੱਥੇ ਇਹ ਸਰਪੰਚ ਨੇ ਹਾਂਜੀ ਹੁਣ ਸਰਪੰਚ ਲਵਾ ਰਿਹਾ ਜੀ ਇੰਟਰਲੋਕ ਇੱਟਾਂ ਸਾਰੀਆਂ ਲਵਾ ਰਿਹਾ ਪਹਿਲਾਂ ਵਿਹੜੇ ਲਵਾਈਆਂ ਹੁਣ ਆਹ ਮੀਆਂ ਚ ਲਵਾ ਦੀਆਂ ਉਧਰ ਲਵਾ ਰਿਹਾ ਜੀ ਤੁਹਾਡੀ ਗਲੀ ਬਣ ਚੁੱਕੀ ਹੈ ਜੀ ਮੇਰੀ ਗਲੀ ਬਣ ਚੁੱਕੀ ਹੈ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਕਿਵੇਂ ਤੁਹਾਡੀ ਗਲੀ ਦਾ ਕੰਮ ਵਧੀਆ ਹੋਇਆ ਹੈ ਪੂਰਾ ਇੱਕ ਨੰਬਰ ਹੋਇਆ ਜੀ ਸਾਬਕਾ ਸਰਪੰਚ ਬਾਰੇ ਕੀ ਵਿਚਾਰ ਤੁਹਾਨੂੰ ਸਾਬਕਾ ਸਰਪੰਚ ਉਹ ਜੀ ਪਿੰਡ ਨੂੰ ਆਹ ਇੱਟਾਂ ਖਾ ਗਏ ਸਾਡੀਆਂ ਤਾਰੀਆਂ ਇੱਕ ਵੀ ਬਣਾਇਆ ਨੀ ਕੁਛ ਵੀ ਉਹਨੇ ਆਪਦੀਆਂ ਹੀ ਕੋਠੀਆਂ ਪਾਈਆਂ ਉਹਨੇ